ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਲੁਧਿਆਣਾ ਦੇ ਸਿਵਲ ਹਸਪਤਾਲ ਦੇ 3 ਡਾਕਟਰਾਂ ਵੱਲੋਂ ਅਸਤੀਫਾ ਦਿੱਤੇ ਜਾਣ ਨੂੰ ਲੈ ਕੇ ਸਿਆਸਤ ਗਰਮ ਰਹੀ ਹੈ। ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਡਾਕਟਰਾਂ ਦਾ ਅਸਤੀਫਾ ਉਹਨਾਂ ਦੇ ਕੋਲ ਪਹੁੰਚਿਆ ਹੈ ਜਿਸ ਵਿੱਚ ਉਹਨਾਂ ਆਪਣੇ ਨਿੱਜੀ ਕਾਰਨ ਦੱਸੇ ਹਨ। ਉਧਰ ਭਾਜਪਾ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਨੇ ਅਤੇ ਕਿਹਾ ਕਿ ਸਰਕਾਰ ਮੁਹੱਲਾ ਕਲੀਨਿਕਾਂ ਦੀ ਬਜਾਏ ਪਹਿਲਾਂ ਹਸਪਤਾਲਾਂ ਵਿੱਚ ਸੁਧਾਰ ਕਰੇ ਜਿੱਥੇ ਦੇ ਡਾਕਟਰ ਵੀ ਅਸਤੀਫਾ ਦੇ ਰਹੇ ਹਨ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ। ਮੇਰੇ ਕੋਲ ਕੱਲ੍ਹ 3 ਡਾਕਟਰਸ ਦੇ ਰੈਜ਼ਿਗਨੇਸ਼ਨ ਜ਼ਰੂਰ ਰਿਸੀਵ ਹੋਏ ਆ, ਫਾਰਵਰਡਿਡ ਬਾਈ SMO ਸਿਵਲ ਹੋਸਪਿਟਲ ਲੁਧਿਆਣਾ, ਜਿਹ 'ਚ ਇੱਕ ਮੈਡੀਸਿਨ ਸਪੈਸ਼ਲਿਸਟ ਹੈ। ਤਾਂ ਉਹਦੇ 'ਚ ਉਹਨਾਂ ਨੇ ਆਪਣੀ ਪਰਸਨਲ ਕੁਛ ਰਿਲਾਇਬਿਲਟੀਜ਼ ਦੱਸੀਆਂ ਕਿ ਉਹ ਅੱਗੇ ਕੰਟੀਨਿਊ ਨਹੀਂ ਕਰ ਸਕਦੇ। ਤਾਂ ਜਿਹੜੇ ਹਾਊਸ ਸਰਜਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ 'ਚ ਦੋਨਾਂ ਨੂੰ ਪੋਸਟ ਗ੍ਰੈਜੂਏਸ਼ਨ MD ਮਿਲ ਗਈ ਹੈ। ਉਹ ਬਕਾਇਦਾ ਉਹਨਾਂ ਨੇ ਉਹ 'ਚ ਲਿਖਿਆ ਕਿ ਆਪਾਂ MD ਜੁਆਇਨ ਕਰਨੀ ਹੈ, ਤਾਂ ਉਹ ਠੀਕ ਹੈ। ਅੱਗੇ ਜਿਹੜਾ ਆਪਣਾ ਫਿਊਚਰ ਜਿਹੜਾ ਵੀ ਅੱਛੇ ਤਰ੍ਹਾਂ ਇਸਟੈਬਲਿਸ਼ ਕਰਨਾ ਚਾਹੁੰਦਾ ਤਾਂ ਆਪਾਂ ਤਾਂ ਨਹੀਂ ਰੋਕ ਸਕਦੇ ਉਹਨਾਂ ਨੂੰ। ਸਰ ਜੇ ਗੱਲ ਕਰੀਏ, ਪਿਛਲੇ ਦਿਨੀ ਮੰਤਰੀ ਸਾਹਿਬ ਵੀ ਆਏ ਸੀਗੇ ਅਤੇ ਉਹਨਾਂ ਨੇ ਵੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਡਾਕਟਰਾਂ ਦੀ ਕਿਤੇ ਨਾ ਕਿਤੇ ਕਮੀ ਹੈਗੀ ਹੈ। ਸਰ ਉਸ ਦੇ ਬਾਵਜੂਦ ਜਿਹੜੇ ਜਿਹੜੀ ਅਸਤੀਫਾ ਦਿੱਤਾ ਗਿਆ ਅਤੇ ਡਾਕਟਰਾਂ ਦੇ ਵੱਲੋਂ, ਸਰ ਕਿਸ ਤਰੀਕੇ ਨਾਲ ਦੇ ਤੁਸੀਂ? ਨਹੀਂ, ਕਮੀ ਤਾਂ ਨੋ ਡਾਊਟ ਹੈਗੀ ਹੈ। ਸਰ ਨੇ ਕਿਹਾ ਸੀ ਕਿ ਆਪਾਂ ਜਲਦੀ ਹੀ ਪੂਰਾ ਕਰ ਰਹੇ ਹਾਂ, ਔਰ ਉਹਨਾਂ ਨੇ ਕੀਤਾ ਵੀ ਹੈ। ਹਾਊਸ ਸਰਜਨਸ ਇੰਨੇ ਸਾਰੇ ਲਗਾ ਤੇ, ਸਾਡੇ ਕੋਲ 19 ਹਾਊਸ ਸਰਜਨ ਆ ਗਏ ਹੈ। ਡਾਕਟਰਸ, ਮੈਡੀਕਲ ਅਫਸਰਸ ਦੀ, ਸਪੈਸ਼ਲਿਸਟ ਦੀ ਕਮੀ ਹੈ, ਤਾਂ ਇਸ ਤੋਂ ਜ਼ਿਆਦਾ ਸਾਡੇ ਕੋਲ ਪੈਰਾਮੈਡੀਕਲਸ ਦੀ ਜ਼ਿਆਦਾ ਕਮੀ ਹੈ। ਤਾਂ ਉਹ ਵੀ ਸਰ ਨੇ ਕਿਹਾ ਜਲਦੀ ਹੀ ਪੂਰਾ ਹੋ ਜਾਏਗਾ। ਤਾਂ ਨੋ ਡਾਊਟ ਆਪਾਂ ਤਾਂ ਹਰੇਕ ਨੂੰ ਜੋ ਇਸ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਸ ਹੈ ਐਜ਼ ਇਟ ਇਜ਼ ਫੋਲੋ ਕਰਨ ਨੂੰ ਕਿਹਾ। ਡਾਕਟਰ ਵਿਲ ਡੂ ਹਿਸ ਮੈਡੀਕਲ ਪ੍ਰੋਫੈਸ਼ਨਲੀ, ਡਾਕਟਰ ਦੀ ਹੀ ਡਿਊਟੀ ਕਰੇਗਾ। ਇਸ ਤੋਂ ਵੱਧ ਤਾਂ ਕੁਛ ਨਹੀਂ ਆਪਾਂ ਕਿਸੇ ਤੋਂ ਮੰਗ ਰਹੇ। ਸਰ ਗੱਲ ਕਰੀਏ, ਜਿਹੜੇ ਮਰੀਜ਼ ਨੇ ਉਹਨਾਂ ਕੋਲ ਦਿੱਕਤ ਨਹੀਂ ਹੋਊਗੀ ਇਸ ਰਿਗਾਰਡਿੰਗ? ਨਹੀਂ, ਅਗਰ ਕਿਤੇ ਹੁੰਦੀ ਵੀ ਆਪਾਂ ਮੋਬਲਾਈਜ਼ ਕਰਕੇ ਰਾਈਟ ਨਾ, ਦੇਖੋ ਗੈਪ ਅਰੇਂਜਮੈਂਟ ਤਾਂ ਕਰਾਂਗੇ, ਜਿੱਥੇ ਕਿਤੇ ਕਮੀ ਹੋਏਗੀ ਉਹਨੂੰ ਪੂਰਾ ਜ਼ਰੂਰ ਕਰਾਂਗੇ ਆਪਾਂ। ਅਤੇ ਸਰ ਗੱਲ ਕਰੀਏ ਜੇ ਸੂਤਰਾਂ ਦੇ ਹਵਾਲੇ ਤੋਂ, ਇਹ ਵੀ ਖਬਰ ਆ ਰਹੀ ਹੈ ਪਿਛਲੇ ਦਿਨੀਂ ਇੱਕ ਡੈਥ ਹੋਈ ਸੀ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ, ਜਿਹੜਾ ਪੇਸ਼ੈਂਟ ਮਰੀਜ਼ ਦਾ ਨੀਚੇ ਗਿਰਨ ਦੇ ਨਾਲ ਉਹਦੀ ਮੌਤ ਹੋ ਗਈ ਅਤੇ ਮੰਤਰੀ ਸਾਹਿਬ ਵੱਲੋਂ ਬੜਾ ਸਖ਼ਤ ਐਕਸ਼ਨ ਲਿਆ ਗਿਆ ਸੀਗਾ। ਅਤੇ ਸਰ ਉਹਨੂੰ ਉਸ ਜਿਹੜੀ ਕਾਰਵਾਈ ਕੀਤੀ ਗਈ ਉਸਦੇ ਡਰ ਦੇ ਤਹਿਤ ਤਾਂ ਨਹੀਂ ਕਿਤੇ ਅਸਤੀਫਾ ਦਿੱਤਾ ਜਾ ਰਿਹਾ ਡਾਕਟਰਾਂ ਦੇ ਵੱਲੋਂ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਉਹ ਤਾਂ ਪਰਸਨਲੀ ਵੀ ਗੱਲ ਹੋਈ ਹੈ ਉਹਨਾਂ ਦੇ ਆਪ। ਚਲੋ, ਮੈਨੂੰ ਪਰਸਨਲ ਇਸ਼ੂ ਜਾਣਨਾ ਨਹੀਂ ਚਾਹੀਦਾ। ਉਹਨਾਂ ਦੇ 2 ਛੋਟੇ ਛੋਟੇ ਬੱਚੇ ਹੈ, ਟਵਿਨਸ ਹੈ, ਉਹਨਾਂ ਦੀ ਸਿਹਤ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਹੈ। ਸਰ 2 ਹਾਊਸ ਸਰਜਨ ਔਰ ਮੈਡੀਸਿਨ ਜਿਹੜੇ ਸਪੈਸ਼ਲੀ ਉਹਨਾਂ ਨੇ ਆਪਣੀ, ਤਾਂ ਉਹ ਤਾਂ MD ਉਹਨਾਂ ਨੂੰ ਮਿਲ ਗਈ, ਉਹ MD ਜੁਆਇਨ ਕਰ ਰਹੇ। ਓਕੇ, ਹਾਂਜੀ। ਅਤੇ ਸਰ ਉਹ ਕਿਤੇ ਜਿਹੜਾ ਮਰੀਜ਼ ਦੀ ਡੈਥ ਹੋਈ ਸੀ, ਸਰ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਆ ਰਹੀ, ਉਹ ਜਿਹੜੀ ਕਾਰਵਾਈ ਹੋਈ ਹੈ ਉਹਨਾਂ ਦੇ ਡਰ ਦੇ ਉੱਤੇ ਜਿਹੜੇ ਡਾਕਟਰ? ਨਹੀਂ, ਉਹਨਾਂ ਦਾ ਡਰ ਤਾਂ ਥੋੜ੍ਹੀ ਹੈ। ਦੇਖੋ, ਇੱਕ ਡਾਕਟਰ ਹੈ, ਉਹਨੇ ਡਾਕਟਰ ਦੀ ਹੀ ਡਿਊਟੀ ਕਰਨੀ, ਉਸ ਤੋਂ ਐਕਸਟਰਾ ਉਹਨੂੰ ਕੋਈ ਕੰਮ ਨਹੀਂ ਲਿਆ ਜਾਏਗਾ। ਆਪਾਂ ਜਸਟ ਕਿਹਾ ਕਿ ਬੋਡੀਲੀ ਐਂਡ ਫਿਜ਼ੀਕਲੀ ਐਂਡ ਮੈਂਟਲੀ ਉੱਥੇ ਪ੍ਰੈਜੈਂਟ ਰਹੋ। ਇਹਨਾਂ ਨੇ, ਦੇਖੋ, ਹਾਊਸ ਸਰਜਨਸ ਨੇ ਆਰਡਰ ਟੇਕਅਪ ਕਰਕੇ ਅੱਗੇ ਇੰਪਲੀਮੈਂਟ ਕਰਾਉਣੇ, ਤਾਂ ਇਟਸ ਨੋਟ ਅ ਬਿਗ ਇਸ਼ੂ। ਠੀਕ ਹੈ, ਥੈਂਕ ਯੂ। ਦੇਖੋ, ਸਭ ਤੋਂ ਵੱਡੀ ਗੱਲ ਪਤਾ ਕੀ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ, ਉਹ ਪੂਰੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਰੌਲਾ ਪਾ ਰਹੀ ਹੈ। ਔਰ ਇਹਨਾਂ ਨੇ ਲੀਪਾ ਪੋਤੀ ਦੇ ਨਾਮ 'ਤੇ ਕਈ ਮੁਹੱਲਾ ਕਲੀਨਿਕ ਖੋਲ੍ਹੇ ਵੀ ਹੈਗੇ ਨੇ, ਪੁਰਾਣੀਆਂ ਜਿਹੜੀਆਂ ਹੈਲਥ ਡਿਸਪੈਂਸਰੀਆਂ ਸੀਗੀਆਂ, ਜਿਹੜੀਆਂ ਕਿ ਨੈਸ਼ਨਲ ਹੈਲਥ ਸਕੀਮ ਦੇ ਅੰਦਰ ਚੱਲਦੀਆਂ ਸੀਗੀਆਂ, ਉਹ ਹੈਲਥ ਡਿਸਪੈਂਸਰੀਆਂ ਦੇ ਉੱਪਰ ਲੀਪਾ ਪੋਤੀ ਕਰਕੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਵੀ ਕੀਤੀ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਪੰਜਾਬ ਦੇ ਹੋਸਪਿਟਲ ਨੇ, ਅੱਜ ਉਹਨਾਂ ਦੀ ਹਾਲਾਤ ਕੀ ਹੈ, ਉਹਨਾਂ ਦੀ ਹਾਲਾਤ ਪਰਸੋਂ ਲੁਧਿਆਣਾ ਦੇ ਅੰਦਰ ਜਦੋਂ ਪੰਜਾਬ ਦੇ ਹੈਲਥ ਮਿਨਿਸਟਰ ਔਰ ਇੱਥੋਂ ਦੇ ਲੋਕਲ MLA ਉੱਥੇ ਗਏ ਹੋਸਪਿਟਲ ਦੇ ਅੰਦਰ, ਔਰ ਤੁਸੀਂ ਵੀ ਸਾਰੇ ਵੀਡੀਓ ਚੱਲਦੀਆਂ ਦੇਖੀਆਂ ਕਿ ਕਿਸ ਢੰਗ ਨਾਲ ਇੱਕ ਗਰੀਬ ਵਿਅਕਤੀ ਨੇ ਜਿਹੜਾ ਲਾਚਾਰ ਸੀ ਵਿਚਾਰਾ, ਉਹ ਕਿਸ ਤਰ੍ਹਾਂ ਹੋਸਪਿਟਲ ਦੇ ਵਿੱਚ ਜਿਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ, ਜਿਸ ਤਰ੍ਹਾਂ ਦਾ ਹੋਸਪਿਟਲ ਦੇ ਕੁਪ੍ਰਬੰਧ ਸੀਗੇ, ਉਹਦਾ ਵਿਖਿਆਨ ਉਹ ਸਰੇਆਮ ਵੀਡੀਓ ਦੇ ਵਿੱਚ ਕਰ ਰਿਹਾ ਸੀਗਾ। ਸੋ ਮੈਂ ਸਮਝਦਾ ਕਿ ਇਹ ਜਿਹੜੀ ਸਰਕਾਰ ਹੈ ਪੰਜਾਬ ਦੀ, ਇਹ ਅੱਜ ਹਰ ਫਰੰਟ 'ਤੇ ਫੇਲ ਨਜ਼ਰ ਆ ਰਹੀ ਹੈ, ਖਾਸ ਕਰਕੇ ਮੁਹੱਲਾ ਕਲੀਨਿਕਾਂ 'ਤੇ ਜਿਹੜਾ ਇਹਨਾਂ ਨੇ ਪੈਸਾ ਖਰਚ, ਜੋ ਵੀ ਕੀਤਾ ਪੈਸਾ ਖਰਚਾ ਕਰ ਰਹੇ ਹੈ, ਉਹ ਅਗਰ ਸਿਵਲ ਹੋਸਪਿਟਲ ਜਿਹੜੇ ਆਪਣੇ ਪੁਰਾਣੇ ਚੱਲਦੇ ਆ ਰਹੇ ਹੈ, ਅਗਰ ਉਹਨਾਂ ਨੂੰ ਸਾਂਭਣ ਸੰਭਾਲਣ ਦੇ ਵਿੱਚ, ਅਗਰ ਉਹਨਾਂ ਦੇ ਪ੍ਰਬੰਧ ਠੀਕ ਕਰਨ ਦੇ ਵਿੱਚ ਅਗਰ ਪੈਸਾ ਲਗਾਇਆ ਹੁੰਦਾ, ਅਤੇ ਜੋ ਸਾਡੇ ਹੈਲਥ ਦੇ ਪ੍ਰਬੰਧ ਸਰਕਾਰੀ ਤੌਰ 'ਤੇ ਕੀਤੇ ਜਾਂਦੇ ਨੇ, ਅਤੇ ਉਹਦੇ ਵਿੱਚ ਅੱਛਾ ਕੰਮ ਹੋਣ ਵਾਲਾ ਸੀ। ਪਰ ਇਹਨਾਂ ਨੇ ਸਸਤੀ ਸ਼ੋਹਰਤ ਹਾਸਲ ਕਰਨ ਦੇ ਚੱਕਰ 'ਚ ਮੁਹੱਲਾ ਕਲੀਨਿਕਾਂ ਦਾ ਰੌਲਾ ਪਾ ਕੇ ਲੋਕਾਂ ਦਾ ਧਿਆਨ ਕਨਵਰਟ ਕੀਤਾ ਹੈਗਾ। ਔਰ ਬੜੀ ਮੰਦਭਾਗੀ ਗੱਲ ਹੈ ਕਿ ਜਦੋਂ ਪਿਛਲੇ ਦਿਨਾਂ ਦੇ ਅੰਦਰ ਇੱਕ ਵਿਅਕਤੀ ਜਿਹੜਾ ਕਿ ਉਹਦੀ ਮੌਤ ਹੋਈ ਹੈ, ਉਹਦੀ ਇਨਕੁਆਇਰੀ ਤੋਂ ਬਾਅਦ 3
ਡਾਕਟਰਾਂ ਤੇ ਐਸਾ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਦੀ ਇਨਕੁਆਇਰੀ ਦੀ ਜਿਹੜੀ ਗੱਲ ਸੀ ਉਹਨਾਂ ਦੇ ਗਾਜ ਗਿਰਨ ਵਾਲੀ ਹੈ ਔਰ ਉਹ ਡਾਕਟਰ ਰਿਜ਼ਾਈਨ ਕਰਕੇ ਗਏ ਆ। ਸੋ ਇਹ ਇਹਦੇ ਵਿੱਚ ਸਰਕਾਰੀ ਕੂ ਪ੍ਰਬੰਧਨ ਦਾ ਬਹੁਤ ਵੱਡਾ ਰੋਲ ਹੈ। ਮੈਂ ਸਮਝਦਾ ਕਿ ਡਾਕਟਰ ਇੰਨੇ ਭਾਗੀਦਾਰ ਨਹੀਂ ਹੈਗੇ ਵਿਚਾਰੇ ਜੀ ਡਾਕਟਰ ਦੇ, ਜਦ ਉੱਥੇ ਹੋਸਪਿਟਲ ਦੇ ਅੰਦਰ ਪੱਖਾ ਨਹੀਂ ਹੈ, ਜਦ ਉੱਥੇ ਹੋਸਪਿਟਲ ਦੇ ਅੰਦਰ ਬੈੱਡ ਨਹੀਂ ਹੈ, ਜਦ ਹੋਸਪਿਟਲ ਦੇ ਅੰਦਰ ਦਵਾਈ ਨਹੀਂ ਹੈ ਤਾਂ ਡਾਕਟਰ ਵਿਚਾਰਾ ਕੀ ਕਰੂਗਾ। ਇਸ ਕਰਕੇ ਮੇਰਾ ਇਹ ਕਹਿਣਾ ਹੈਗਾ ਕਿ ਸਰਕਾਰ ਨੂੰ ਮਹੱਲਾ ਕਲੀਨਿਕਾਂ ਤੋਂ ਪਹਿਲਾਂ ਜਿਹੜੇ ਸਿਵਲ ਹੋਸਪਿਟਲ ਪੰਜਾਬ ਦੇ ਅੰਦਰ ਚੱਲ ਰਹੇ ਨੇ ਉਹਨਾਂ ਦੇ ਪ੍ਰਬੰਧਾਂ ਨੂੰ ਠੀਕ ਕਰਨਾ ਚਾਹੀਦਾ ਹੈ। ਉਹਨਾਂ ਦੇ ਜਿਹੜੇ ਕੁਪ੍ਰਬੰਧ ਨੇ ਉਹਨਾਂ ਨੂੰ ਅੱਛੇ ਢੰਗ ਨਾਲ ਉੱਥੇ ਪੂਰੀ ਤਰ੍ਹਾਂ ਮਰੀਜ਼ਾਂ ਨੂੰ ਜਿਹੜੀਆਂ ਫੈਸਿਲਿਟੀਆਂ ਮਿਲਣ, ਕਿਉਂਕਿ ਗਰੀਬ ਆਦਮੀ ਸਿਵਲ ਹੋਸਪਿਟਲ 'ਚ ਇਲਾਜ ਕਰਾਉਣ ਵਾਸਤੇ ਜਾਂਦਾ। ਸੋ ਇਸ ਕਰਕੇ ਉਹਦੇ ਪ੍ਰਬੰਧਾਂ ਨੂੰ ਠੀਕ ਕਰਨਾ ਚਾਹੀਦਾ ਹੈਗਾ। ਸਰ ਕੇਂਦਰ ਵੀ ਇਸਦੇ ਵਿੱਚ ਕਾਫੀ ਸਹਿਯੋਗ ਪਾਉਂਦੀ ਹੈ ਹੈਲਥ ਨੂੰ ਲੈ ਕੇ, ਕੀ ਲੱਗਦਾ ਸਰ ਇਸ ਨੂੰ ਲੈ ਕੇ ਜਿਹੜਾ ਵਿਚਾਰ? ਨਹੀਂ ਦੇਖੋ, ਜਿਸ ਢੰਗ ਨਾਲ ਮੋਦੀ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਕਰੋਨਾ ਕਾਲ ਤੋਂ ਲੈ ਕਰਕੇ ਹੁਣ ਹੈਲਥ ਦੇ ਉੱਪਰ ਬਹੁਤ, ਮੈਂ ਸਮਝਦਾ ਕਿ ਇੱਕ ਅੱਛੇ ਢੰਗ ਨਾਲ ਕੰਮ ਕੀਤਾ ਪੂਰੇ ਦੇਸ਼ ਦੇ ਅੰਦਰ। ਖਾਸ ਕਰਕੇ ਜੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਜਿਹੜੀ ਆਯੁਸ਼ਮਾਨ ਭਾਰਤ ਯੋਜਨਾ ਚੱਲ ਰਹੀ ਹੈ, ਉਸ ਯੋਜਨਾ ਦੇ ਤਹਿਤ ਲੋਕਾਂ ਨੂੰ ਬੜੇ ਲਾਭ ਮਿਲੇ ਨੇ, ਪਰ ਪੰਜਾਬ ਸਰਕਾਰ ਦੀ ਉੱਥੇ ਵੀ ਨਲਾਇਕੀ ਹੈਗੀ ਹੈ। ਤੁਸੀਂ ਕਹੋਗੇ ਪੰਜਾਬ ਸਰਕਾਰ ਦੀ ਆ ਵਾਰ ਵਾਰ ਜਿਹੜੀ ਗੱਲ, ਕਿਉਂ ਇੱਕ, ਕਿਉਂਕਿ ਇਹ ਸਾਰੀਆਂ ਨਲਾਇਕੀ ਹੀ ਪੰਜਾਬ ਸਰਕਾਰ ਦੀਆਂ ਹੈਗੀਆਂ ਔਰ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਸਾਡੇ ਆਯੁਸ਼ਮਾਨ ਯੋਜਨਾ ਸਕੀਮ ਪੰਜਾਬ 'ਚ ਵੀ ਬੰਦ ਰਹੀ ਹੈ। ਸੋ ਮੈਂ ਸਮਝਦਾ ਕਿ ਅਗਰ ਪੰਜਾਬ ਸਰਕਾਰ ਇਹਨਾਂ ਸਾਰਿਆਂ ਮਾਮਲਿਆਂ 'ਤੇ ਗੰਭੀਰ ਹੋ ਜਾਵੇ ਔਰ ਕੇਵਲ ਸ਼ੋਸ਼ੇਬਾਜ਼ੀ ਛੱਡ ਕੇ ਬਾਕੀ ਕੰਮਾਂ ਵੱਲ ਧਿਆਨ ਦੇਵੇ, ਤਾਂ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਉਹਦਾ, ਪੰਜਾਬੀਆਂ ਦਾ ਭਲਾ ਹੋ ਸਕਦਾ, ਗਰੀਬ ਬੰਦੇ ਦਾ ਭਲਾ ਹੋ ਸਕਦਾ ਹੈ। ਨਹੀਂ ਦੇਖੋ, ਜਿਹੜਾ ਜਿੱਥੇ ਤੱਕ ਡਾਕਟਰ ਦੇ ਰਿਜ਼ਾਈਨ ਕਰਨ ਦੀ ਗੱਲ ਹੈ, ਮੈਂ ਇਹਦੇ 'ਤੇ ਬੜਾ ਸਪੱਸ਼ਟ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਇਸ 'ਤੇ ਜੋ ਵੀ ਰਿਪੋਰਟ, ਜੋ ਇਨਕੁਆਇਰੀ DC ਸਾਹਿਬ ਨੇ ਕੀਤੀ ਹੈ, ਉਹਨੂੰ ਜਨਤਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਲੋਕਾਂ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈਗਾ। ਕਿਉਂਕਿ ਸਰਕਾਰ ਇਹਦੇ ਵਿੱਚ ਬਹੁਤ ਵੱਡਾ, ਸਰਕਾਰ ਦਾ ਆਪਣਾ ਦੋਸ਼ ਹੈਗਾ, ਡਾਕਟਰਾਂ ਦਾ ਛੱਡ ਕੇ ਜਾਣਾ ਇੱਕ ਬਹੁਤ ਵੱਡਾ ਪ੍ਰਸ਼ਨ ਹੈਗਾ। ਸੋ ਮੈਂ ਸਮਝਦਾ ਕਿ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ ਤਾਂ ਕਿ ਜਨਤਾ ਦੇ ਸਾਹਮਣੇ ਸੱਚ ਦਾ ਸੱਚ ਆਵੇ।